जपयो जन अर्जन देव गुरु जपयो जन अर्जन देव गुरु कह रहे हैं जपयो जिन अर्जन देव गुरु तो तुहां नाल ही कहना शुरू करता वाहेगुरु बाकी संगतां नूं पता है। कल असी पढ़िया सी जोत रूप हर आप गुर नानक कहायो कि वाहेगुरु सब तो पहला गुरु नानक दे रूप च आए तांते अंगद भयो तत् सिओ तत् मिलायो। वो जोत गुरु अंगद देव पातशाह कलन वट होई अंगद कृपा तार अमर सतगुर थिर कियो अमरदास अमर थतर गुरु रामे दियो। गुरु रामदास जी ने कृपा की गुरु रामदास जोत आ गई गुरु रामदास दर्शन परस कह मथुरा अमृत बैन मूर्त पंच प्रमाण पुरख गुर अर्जन पिखो। सो अज दूसरा पता है मथुरा जी भट्ट का उच्चारण किया होया ਇਹ ਤਾਂ ਵਾਹਿਗੁਰੂ ਦਾ ਨਾਮ ਸਿਮਰਨ ਹੋਇਆ ਵੀ ਉਸ ਵਾਹਿਗੁਰੂ ਅਤੇ ਗੁਰੂ ਅਰਜਨ 'ਚ ਫਰਕ ਹੀ ਕੋਈ ਨਹੀਂ। ਆਖ ਵਾਹਿਗੁਰੂ ਵਾਹਿਗੁਰੂ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ ਗੁਰੂ ਅਰਜਨ ਦੇਵ ਪਾਤਸ਼ਾਹ ਆਖ ਵਾਹਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਜੀ ਦੇ ਧਰਿਓ ਔਰ
ਕੀ ਧਰਿਆ ਜੀ ਔਰ ਮਣੇ ਹਿਰਦਾ ਸਤ ਤੇ ਸੰਤੋਖ ਜਿਹੜਾ ਤੁਹਾਡੇ ਤੇ ਮੇਰੇ ਚ ਨਹੀਂ ਆਖ ਵਾਹਿਗੁਰੂ ਵਾਹਿਗੁਰੂ ਗੁਰੂ ਅੱਗੇ ਅਰਦਾਸ ਕਰਿਆ ਕਰੀਏ ਸੱਚਿਆ ਪਾਤਸ਼ਾਹ ਸਾਨੂੰ ਸਤ ਸੰਤੋਖ ਬਖਸ਼ੀ ਤੇ ਸੰਤੋਖੀ ਰਾਜਾ ਹੁੰਦਾ ਹੈ ਜਦੋਂ ਅਸੀਂ 77 ਵਿੱਚ ਮੈਟ੍ਰਿਕ ਕੀਤੀ ਤੇ ਉਹਦੇ ਵਿੱਚ ਇੱਕ ਕੁਐਸਚਨ ਆਇਆ ਅੰਗਰੇਜ਼ੀ 'ਚ ਹੂ ਇਜ ਹੈਪੀ ਅਤੇ ਖੁਸ਼ ਕੌਣ ਹੁੰਦਾ ਹੈ ਉਹਦਾ ਜਵਾਬ ਸੀ ਇਹ ਕੰਟੈਂਟਡ ਮੈਨ ਇਜ ਹੈਪੀ ਸੰਤੁਸ਼ਟ ਮਨੁੱਖ ਖੁਸ਼ ਹੁੰਦਾ ਭਾਵ ਇਹਦਾ ਆ ਕਿ ਜਿਹਨੂੰ ਸੰਤੋਖ ਨਹੀਂ ਉਹ ਅਰਬਾਪਤੀ ਬਣ ਕੇ ਵੀ ਭੁੱਖਾ ਅੱਖ ਵਾਹਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਜੀ ਨੇ ਆਪਣੇ ਹਿਰਦੇ 'ਚ ਸੱਤ ਅਤੇ ਸੰਤੋਖ ਟਿਕਾਇਆ ਹੋਇਆ ਹੈ ਸਤ ਰੂਪ ਸਤਨਾਮ ਉਹ ਪਰਮਾਤਮਾ ਦਾ ਸੱਚਾ ਰੂਪ ਤੇ ਸਦਾ ਇੱਥੇ ਰਹਿਣ ਵਾਲਾ ਨਾਮ ਗੁਰੂ ਅਰਜਨ ਦੇਵ ਜੀ ਦੀ ਸੁਰਤ ਵਿੱਚ ਸਮਾਇਆ ਹੋਇਆ ਹੈ ਸਤ ਰੂਪ ਸਤਨਾਮ ਸਤ ਸੰਤੋਖ ਧਰਿਓ ਔਰ ਆਦਿ ਪੁਰਖ ਪਰ ਅਖ ਆਦਿ ਪੁਰਖ ਪਰ ਤਖ ਲਿਖਿਓ ਅਸ਼ਰ ਮਸਤਕ ਤੋਰਾ ਸਮਾਗਮ 'ਚ ਦਾਸ ਬੇਨਤੀ ਕਰ ਚੁੱਕਾ ਹੈ ਕਿ ਹਰ ਮਨੁੱਖ ਦੇ ਆਹ ਜਿਹੜੀ ਚੀਜ਼ ਹੈ ਨਾ ਮਸਤਕ ਇਹਦੇ ਵਿੱਚ ਕੁਝ ਲਿਖਿਆ ਹੁੰਦਾ ਤੇ ਜਪਜੀ ਸਾਹਿਬ 'ਚ ਗੁਰੂ ਸਾਹਿਬ ਨੇ ਫਰਮਾਇਆ ਸਭਨਾ ਲਿਖਿਆ ਬੁੜੀ ਕਲਾਮ ਸਭਨਾ ਦਾ ਭਾਵ ਸਭਨਾ ਨੇ ਮੱਥੇ ਦੇ ਲੇਖ ਲਿਖੇ ਨੇ ਬੁੜੀ ਮੈਣੇ ਚੱਲੀ ਕਲਾਮ ਮੈਣੇ ਕਲਮ ਇਹ ਤੁਹਾਡੇ ਮੇਰੇ ਸਾਰਿਆਂ ਚੱਲੀ ਆ ਅਤੇ ਦਾਸ ਨੇ ਵੇਖਿਆ ਕਿ ਜਦੋਂ ਮੈਂ ਸੋਸ਼ਲ ਪਰਸਨ ਹਾਂ ਕਿ ਜਦੋਂ ਦੁੱਖ ਸੁੱਖ ਕਿਸੇ ਦੇ ਘਰ ਬਣਦਾ ਤਾਂ ਉਹ ਆਵਾਜ਼ ਮਾਰ ਲੈਂਦੇ ਨੇ ਫੁੱਲ ਚੋਣ ਜਾਈਏ ਨਾ ਸਿਰ ਵਾਲੇ ਪਾਸਿਓਂ ਅਤੇ ਮੈਂ 4-5 ਵਾਰੀ ਵੇਖਿਆ ਵੀ ਉਹ ਜਦੋਂ ਉਹ ਪੱਟੀ ਜੀ ਨੂੰ ਨਜ਼ਰ ਆਈ ਉਹ 'ਚ ਬੜਾ ਕੁਛ ਲਿਖਿਆ ਮੈਂ ਦੱਸਿਆ ਉਹ ਘਰ ਵਾਲਿਆਂ ਨੂੰ ਉਹ ਪੜ੍ਹਿਆ ਨਹੀਂ ਜਾਂਦਾ ਉਹ ਸਾਡੇ ਲੇਖ ਲਿਖੇ ਹੁੰਦੇ ਨੇ ਜਿਹਦੇ ਬਾਰੇ ਗੁਰਬਾਣੀ 'ਚ ਲਿਖਿਆ ਲੇਖ ਨਾ ਮਿਟੀ ਹੇ ਲਿਖ ਸਕੀ ਜੋ ਲਿਖਿਆ ਪਰ ਨਾਲ ਗੁਰੂ ਨੇ ਗਰੰਟੀ ਦੇ ਦਿੱਤੀ ਵੀ ਜਿਹੜਾ ਇੱਥੇ ਆਣ ਕੇ ਮੱਥਾ ਟੇਕ ਦੂੰ ਨਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਉਹਦੇ ਲੇਖ ਬਦਲੇ ਵੀ ਜਾਂਦੇ ਨੇ ਇਹ ਵੀ ਤੁਹਾਡਾ ਸਾਖੀਆਂ ਰਾਜਾ ਹਰੀ ਸੈਨ ਦੀਆਂ ਪੜ੍ਹੀਆਂ ਨੇ ਹਿਮਾਚਲ ਵਾਲਾ ਰਾਜਾ ਸੀ ਜਿਹੜਾ ਸਕੇਟ ਮੰਡੀ ਦਾ ਮੈਂ ਜਵਾਬ ਜ਼ਿਆਦਾ ਤੁਹਾਡਾ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰਦਾ ਬਸ ਪੰਛੀ ਚਾਹ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪਾਂ ਉਸਤਤ ਕਰ ਰਹੇ ਹਾਂ ਕਿ ਆਦਿ ਪੁਰਖ ਪ੍ਰਤੱਖ ਕਿ ਪ੍ਰਤੱਖ ਰੂਪ ਵਿੱਚ ਆਦਿ ਪੁਰਖ ਨੇ ਪਰਮਾਤਮਾ ਨੇ ਗੁਰੂ ਅਰਜਨ ਦੇਵ ਦੇ ਮਸਤਕ ਤੇ ਲੇਖ ਅਸ਼ਰ ਬਣੇ ਅੱਖਰ ਅਸ਼ਰ ਇੱਥੇ ਅਸ਼ਰ ਲਿਖਿਆ ਐੜਾ ਸ਼ਿਸ਼ਾ ਤੇ ਰਾਜੇ ਨੂੰ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਤੁਹਾਡੇ ਮਸਤਕ ਤੇ ਪਰਮਾਤਮਾ ਨੇ ਧੁਰੋ ਹੀ ਲੇਖ ਲਿਖ ਕੇ ਭੇਜਿਆ ਅੱਗੇ ਕੀ ਕਹਿ ਰਹੇ ਨੇ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਓ ਤੇਜ ਭੂ ਮੰਡਲ ਛਾਇਓ ਗੁਰੂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਦੇ ਜੋ ਪ੍ਰਤੱਖ ਪਰਮਾਤਮਾ ਨੇ ਲੇਖ ਲਿਖਿਆ ਹੈ ਤੁਸੀਂ ਪਰਮੇਸ਼ਰ ਦੀ ਜੋਤ ਹੋ ਉਹਦਾ ਪ੍ਰਕਾਸ਼ ਰੂਪੀ ਹੋ ਅਤੇ ਸਾਰੇ ਸੰਸਾਰ ਵਿੱਚ ਨਵਾਂ ਖੰਡਾਂ ਵਿੱਚ ਤੁਹਾਡਾ ਛਾਇਆ ਹੈ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਾਣਦੇ ਨੇ ਉਹਨਾਂ ਦਾ ਤੁਸੀਂ ਭਲਾ ਕਰਦੇ ਹੋ ਸੱਚੇ ਪਾਤਸ਼ਾਹ ਪ੍ਰਗਟ ਜੋਤ ਜਗ ਮਗੇ ਤੁਹਾਡੇ ਅੰਦਰ ਗੁਰੂ ਨਾਨਕ ਦੀ ਜੋਤ ਅਕਾਲ ਪੁਰਖ ਦੀ ਜੋਤ ਜਗਮਗ ਜਗਮਗ ਕਰ ਰਹੀ ਹੈ ਪਾਰਸ ਪਰਸ
परस 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 गुर गुरु कहायो गुर गुरु कहायो गुरु अर्जुन देव पाशा आप जी ने पारस रूप गुरु रामदास जी नु ਪਰਸਨ ਜੋ ਗੁਰੂ ਨੂੰ ਪਰਸ ਕੇ ਉਹਦਾ ਬਚਨ ਮੰਨ ਕੇ ਉਹਦਾ ਹੁਕਮ ਮੰਨ ਕੇ ਪਹਿਲੀ ਵਾਰੀ ਆ ਗੱਗੇ ਲੰਕੜ ਰਾਰੇ ਹੁਸ਼ਿਆਰੀ ਇਹਦਾ ਭਾਵ ਗੁਰੂ ਰਾਮਦਾਸ ਜੀ ਤੋਂ ਗੁਰੂ ਤੋਂ ਗੁਰੂ ਕਹਾਇਓ ਦੂਜੀ ਵਾਰੀ ਆ ਗੱਗੇ ਲੰਕੜ ਰਾਰੇ ਦੋ ਔਕੜਾ ਗੁਰੂ ਅਰਜਨ ਦੇਵ ਜੀ ਤੁਸੀਂ ਆਪਣੇ ਗੁਰੂ ਸਾਹਿਬ ਦਾ ਬਚਨ ਮੰਨ ਕੇ ਉਹਦੀ ਆਗਿਆ 'ਚ ਰਹਿ ਕੇ ਉਹਨਾਂ ਨੂੰ ਪਰਸ ਕੇ ਉਹਨਾਂ ਨੂੰ ਛੋਹ ਕੇ ਉਹਨਾਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਕਰਕੇ ਗੁਰੂ ਤੋਂ ਗੁਰੂ ਬਣ ਗਏ ਤੁਸੀਂ ਆਸਾ ਦੀ ਵਾਰ ਪੜ੍ਹਨ ਵਾਲੇ ਜੀ ਬੈਠੇ ਹੋ ਗਏ ਅਤੇ ਜਪਜੀ ਸਾਹਿਬ 'ਚ ਵੀ ਆਉਂਦਾ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਆਸਾ ਦੀ ਵਾਰ 'ਚ ਹੁਕਮ ਮੰਨਿਆ ਹੋਵੇ ਪ੍ਰਵਾਨ ਕਾ ਮਹਿਲ ਪਾਏ ਸੀ ਅਤੇ ਏਦਾਂ ਹੀ ਉਹਦਾ ਸੁਣਿਆ ਮੰਨਿਆ ਮਨ ਕੀਤਾ ਅੰਤਰਗਤ ਤੀਰਥ ਮੱਲ ਗੱਲ ਤਾਂ ਬਚਨ ਮੰਨਣ ਦੀ ਆ ਜੀ ਅੱਜ ਦਾ ਇਹ ਸਮਾਗਮ ਅੱਧੇ ਪੌਣੇ ਘੰਟੇ ਦੀ ਕਥਾ ਤੁਸੀਂ ਸੁਣਵਣ ਕੀਤੀ ਮੰਨ ਲਓ 3 ਘੰਟੇ ਦਾ ਸਮਾਗਮ ਆ ਮੇਰੇ 'ਚ ਤਾਂ ਤੁਹਾਡੇ ਚੇਂਜ ਕੀ ਆਈ ਤਬਦੀਲੀ ਕੀ ਆਈ ਆਓ ਇਹ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਿ ਆਪਾਂ ਗੁਰੂ ਦੀਆਂ ਕਥਾ ਕਹਾਣੀਆਂ ਸੁਣ ਕੇ ਘਰ ਨੂੰ ਚੱਲ ਗਏ ਉਹ ਭੁੱਲ ਜਾਣੀਆਂ ਸ਼ਾਮ ਨੂੰ ਆਖ ਵਾਹਿਗੁਰੂ ਆ ਨਾ ਭੁੱਲਣਾ ਅਤੇ ਨਾ ਵਿਸਰਨਾ ਆਖ ਵਾਹਿਗੁਰੂ ਵਾਹਿਗੁਰੂ ਫਿਰ ਅੱਗੇ ਮਥੁਰਾ ਜੀ ਕਹਿ ਰਹੇ ਨੇ ਭਨ ਮਥੁਰਾ ਮੂਰਤ ਸਦਾ ਭਨ ਮਥੁਰਾ ਮੂਰਤ ਸਦਾ ਥਿਰ ਭਨ ਮਥੁਰਾ ਮੂਰਤ ਸਦਾ ਫਿਰ ਲਾਏ ਚਿੱਤ ਸਨ ਮੁਖ ਰਹੋ ਲਾਏ ਚਿੱਤ ਸਨ ਮੁਖ ਰਹੋ ਭਣ ਮਣੇ ਕਹਿ ਮਥੁਰਾ ਮਣੇ ਮਥੁਰਾ ਭੱਟ ਜੀ ਕਹਿੰਦੇ ਮਥੁਰਾ ਕਹਿ ਦੇ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮੂਰਤ ਨੂੰ ਆਪਣੇ ਚਿੱਤ ਵਿੱਚ ਰੱਖੋ ਜਿਹੜਾ ਸਦਾ ਇੱਥੇ ਰਹਿਣ ਵਾਲੀ ਆ ਉਹਦੇ ਸਨਮੁਖ ਰਹੋ ਜਿਹਨੇ ਗੁਰੂ ਅਰਜਨ ਦੇਵ ਧੰਨ ਗੁਰੂ ਅਰਜਨ ਦੇਵ ਕਹਿ ਲਿਆ ਉਹਨੇ ਵਾਹਿਗੁਰੂ ਕਹਿ ਲਿਆ ਆਖੋ ਵਾਹਿਗੁਰੂ ਵਾਹਿਗੁਰੂ ਅਤੇ ਫਿਰ ਮੇਰੇ ਵਰਗੇ ਸ਼ੰਕਾ ਹੋਇਆ ਜੀ ਕਿੱਦਾਂ ਕਿੱਦਾਂ ਮੇਰੀ ਗੱਲ ਬਣੇਗੀ ਅਤੇ ਅੱਗਲੀ ਅਖੀਰਲੀ ਪੰਕਤੀ 'ਚ ਮਥੁਰਾ 'ਚ ਕਹਿ ਰਹੇ ਨੇ ਕਲ ਯੁਗ ਜਹਾਜ ਅਰਜਨ ਗੁਰੂ ਕਲ ਯੁਗ ਜਹਾਜ ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਪਿਤ ਰਹੋ ਮਥੁਰਾ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਸੰਸਾਰ ਦੇ ਲੋਗੋ ਸਗਲ ਸ੍ਰਿਸ਼ਟ ਸਾਰੀ ਸ੍ਰਿਸ਼ਟੀ ਦੇ ਲੋਕੋ ਸਤਸੰਗੀਓ ਗੁਰੂ ਅਰਜਨ ਦੇਵ ਜੀ ਕਲਯੁਗ ਦਾ ਜਹਾਜ਼ ਹੈ ਜਿੰਨੇ ਭਾਈ ਪਾਰ ਲੰਘਣਾ ਨਾ ਲੱਗ ਬਿੱਤਰ ਹੋ ਉਹਦੇ ਚਰਨਾਂ ਨਾਲ ਲੱਗ ਕੇ ਤਰ ਹੋ ਤਰ ਜਾਓ ਬਿੱਤਰੋ ਦਾ ਮਤਲਬ ਤਰ ਜਾਓ ਜੀ ਅਤੇ ਜੇ ਅਜੇ ਵੀ ਅਸੀਂ ਨਾ ਤਰੀਏ ਤਾਂ ਫਿਰ ਸਮਝ ਲਓ ਵੀ ਕੋਈ ਸਾਡੀ ਅਰਦਾਸ 'ਚ ਵਿੱਚ ਘਾਟ ਹੈ ਜਾਂ ਬੇਨਤੀ 'ਚ ਘਾਟ ਆ ਮੈਨੂੰ ਯਾਦ ਆ ਗਈ ਅਰਦਾਸ ਦੀ ਗੱਲ 2011-12 ਤੋਂ ਦਾਸ ਇਹ ਸੰਗਤ ਦੇ ਜੋੜੇ ਚੱਲ ਰਿਹਾ ਹੈ ਐਰਕਾ ਤੁਸੀਂ ਮਾਣ ਦੇਤਾ ਇਹ ਡਾਕਟਰ ਬਖਸ਼ੀਸ਼ ਸਿੰਘ ਦੇ ਘਰ ਸੰਗਤ ਹਰ ਸਾਲ ਆਉਂਦੀ ਅਤੇ ਭਾਟੀਆ ਸਾਹਿਬ ਅਰਦਾਸ ਕਰਦੇ ਰਹੇ ਅਤੇ ਗਿਆਨੀ ਜਸਵਿੰਦਰ ਸਿੰਘ ਕਥਾ ਵਿੱਚ ਕਰਦੇ ਰਹੇ 14 ਨੰਗਿਆ 15 ਨੰਗਿਆ 16 ਨੰਗਿਆ 16 'ਚ ਮੈਂ ਮੈਕ ਫੜ ਲਿਆ ਦਾਸ ਨੇ ਫਿਰ ਫੜ ਲਿਆ ਸ਼ਾਇਦ ਕਿਸੇ ਨੂੰ ਚੇਤੇ ਹੋਵੇ ਤਾਂ ਹਾਂ ਕਰ ਦਿਓ ਨਹੀਂ ਤਾਂ
ਪ੍ਰਤੱਖ ਗੱਲ ਮੈਂ ਪਹਿਲਾਂ ਵੀ ਕੱਲ ਗਈ ਮੈਂ ਪੁਰਾਣੀਆਂ ਗੱਲਾਂ ਨਹੀਂ ਕਰਦਾ ਮੈਂ ਬੀਤੀਆਂ ਗੱਲਾਂ ਕਰਦਾ ਤੇ ਮੈਂ ਮੈਕ ਫੜ ਕੇ ਕਿਹਾ ਸਤਸੰਗ ਜੀ ਜਾਂ ਤੇ ਡਾਕਟਰ ਬਖਸ਼ੀਸ਼ ਦੇ ਘਰ 'ਚ ਕੋਈ ਕਮੀ ਆ ਅਰਦਾਸ ਕਰਾਉਣ 'ਚ ਤੇ ਜਾਂ ਤੁਹਾਡੇ ਸਾਰਿਆਂ 'ਚ ਅਰਦਾਸ ਕਰਨ ਵਾਲਿਆਂ 'ਚ ਕਮੀ ਆ ਮੈਨੂੰ ਤਾਂ ਮੇਰੇ ਗੁਰ 'ਤੇ ਭਰੋਸਾ ਔਰ ਕਹਿੰਦਾ ਸਭ ਨਿਧਾਨ ਦਸ ਅਸ਼ਟ ਨਿਧਾਨ ਠਾਕੁਰ ਕਰ ਤਲ ਧਰਿਆ ਇਹ ਪੰਜ ਛੇ ਸਾਲ ਹੋ ਗਏ ਅਰਦਾਸਾਂ ਕਰਦਿਆਂ ਨੂੰ ਇਹ ਦਾਸ ਨੇ ਗੁਰੂ ਨੂੰ ਜਿੱਦਾਂ ਨਾ ਜਿੱਦਾਂ ਆਪਣੇ ਪਿਓ ਨੂੰ ਪੁੱਤ ਕਹਿੰਦਾ ਵੀ ਤੂੰ ਮੈਨੂੰ ਦਿੰਦਾ ਕਿਉਂ ਨੀ ਮੇਰਾ ਹਿੱਸਾ ਆਖੋ ਵਾਹਿਗੁਰੂ ਵਾਹਿਗੁਰੂ ਅੱਜ ਸਵੇਰੇ ਗੁਰੂ ਨੇ ਕਿਰਪਾ ਕੀਤੀ ਉਹ ਸਹਿਜ ਪਾਠ ਆਰੰਭ ਕਰਨ ਲੱਗਿਆ ਨਾ 1146 ਅੰਗ ਤੋਂ ਆਇਆ ਨਿਰ ਧਨ ਕਹੋ ਤੁਮ ਦੇਵੋ ਧਨਾ ਅਨਕ ਪਾਪ ਜਾਏ ਨਿਰਮਲ ਮਨਾ ਆਖੋ ਵਾਹਿਗੁਰੂ 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 ਤੀਸਰੀ ਪੰਕਤੀ ਚੌਥੀ ਇਹ ਆਉਂਦਾ ਵੀ ਭਗਤ ਆਪਣੇ ਕੋ ਦੇਵੋ ਨਾਮ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕੋ ਆਖੋ ਵਾਹਿਗੁਰੂ ਪਰ ਡਾਕਟਰ ਸਾਹਿਬ ਦਾ ਪਰਿਵਾਰ ਗੁਰੂ ਦੇ ਸੰਗਤਾਂ ਦੇ ਚਰਨ ਪਰਸਦਾ ਰਿਹਾ ਹਰ ਸਾਲ ਆਖੋ ਵਾਹਿਗੁਰੂ ਤਾਂ ਮੈਨੂੰ ਪਤਾ ਲੱਗਾ ਇੱਕ ਵਾਰੀ ਆਪਾਂ ਮੈਂ ਪਰਿਵਾਰਕ ਜੀ ਹਾਂ ਮੇਰੇ ਨਾਲ ਇਹਨਾਂ ਨੇ ਬਹਿ ਕੇ ਵਾਹਵਾ ਗੱਲਾਂ ਕੀਤੀਆਂ ਮੈਂ ਕਿਹਾ ਗੁਰੂ ਸਾਹਿਬ ਕੇ ਅਰਦਾਸ ਹੈ ਆਦੀ ਜੀ ਹੋਰ ਕੀ ਆ ਰੱਬ ਨੇ ਕਿਰਪਾ ਕੀਤੀ ਸਭ ਨਿਧਾਨ ਦਸ ਅਸ਼ਟ ਨਿਧਾਨ ਅਸ਼ਟ ਸਿਧਾਨ 2018 'ਚ ਪੋਤਰੇ ਦਾਤ ਮਿਲ ਗਈ ਆਖੋ ਵਾਹਿਗੁਰੂ ਉਸ ਤੋਂ 2020 ਵਿੱਚ ਬੈਠਿਆਂ ਕੋਲ ਇਹਨਾਂ ਕੋਲ ਘੰਟਾ ਦੋ ਘੰਟੇ ਬੈਠੇ ਜੋ ਦਿਲ ਦੇ ਦਰਦ ਨਾਲ ਸਾਂਝੇ ਕੀਤੇ ਉਹ ਮੈਂ ਦੱਸ ਨਹੀਂ ਸਕਦਾ ਸਤਿਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਇਹ ਉਹਦੀ ਗੱਲ ਕੀਤੀ ਲੇਖ ਵਾਲੀ ਲੇਖ ਵਾਲੀ ਸਭਨਾਂ ਲਿਖਿਆ ਬੁੜੀ ਕਲਾਮ ਜੇ ਕੋਈ ਲੇਖਾਂ 'ਚ ਫਰਕ ਹੋਵੇ ਤਾਂ ਇੱਥੇ ਆ ਜੇ ਬੰਦਾ ਸੰਗਤ ਵਿੱਚ ਅਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਗਰੰਟੀ ਆ ਧੀ ਵੱਲੋਂ ਜਦੋਂ ਮੈਂ ਮੁੰਡੇ ਵਾਲਿਆਂ ਘਰ 'ਚ ਕੀਰਤਨ ਕਰਨ ਜਾਂਦਾ ਤਾਂ ਮੈਂ ਕਹਿੰਦਾ ਹੁੰਦਾ ਵਾਂ ਘਰ ਕੀ ਹਨ ਚੰਗੀ ਜਨ ਧੰਨਾ ਲੇਵੇ ਇਹ ਮੈਂ ਬੇਨਤੀ ਯੂ ਕਰਦਾ ਹੁੰਦਾ ਵੀ ਜਿਹੜੀ ਇਹ ਘਰ ਨਾ ਹੋਣੀ ਆ ਉਹ ਚੰਗੀ ਹੋਵੇ ਕਿਉਂਕਿ ਆਉਣ ਵਾਲਾ ਸਾਰਾ ਕਿਤਾਬ ਉਹਦੇ ਹੱਥ 'ਚ ਹੋਣਾ ਸਾਰਾ ਕੰਟਰੋਲ ਉਹਦੇ ਹੱਥ 'ਚ ਹੋਣਾ ਜੇ ਉਹ ਚੰਗੀ ਹੋਊ ਤਾਂ ਤਰੱਕੀਆਂ ਹੋਣਗੀਆਂ ਅਤੇ ਜਦੋਂ ਮੈਂ ਕੁੜੀ ਵਾਲੇ ਘਰ ਜਾਂਦਾ ਤਾਂ ਮੈਂ ਇਹ ਅਰਦਾਸ ਕਰਦਾ ਹੁੰਦਾ ਵੀ ਸੱਚਿਆ ਪਾਤਸ਼ਾਹ ਧੀ ਵਾਲੇ ਪਾਸੇ ਉਹ ਠੰਡੀਆਂ ਹਵਾਵਾਂ ਹੋਣ ਸਮਝਦੇ ਬਚਨ ਨੂੰ ਭਲਾ ਸਮਝਦੇ ਹੋ ਕਿਸੇ ਨੂੰ ਭਲਾ ਗਰਮੀ ਆਈ ਕਦੀ ਮੈਨੂੰ ਵੀ ਆਈ ਮੈਨੂੰ ਵੀ ਆਈਆਂ ਅਤੇ ਇਹਨਾਂ ਨੂੰ ਵੀ ਗਰਮ ਹਵਾ ਆਉਂਦੀ ਹੈ ਧੀ ਵਾਲੇ ਪਾਸੇ ਆਖੋ ਵਾਹਿਗੁਰੂ ਵਾਹਿਗੁਰੂ ਅਤੇ ਸੰਗਤਾਂ ਦੇ ਚਰਨਾਂ 'ਚ ਹੋਈਆਂ ਅਰਦਾਸਾਂ ਮੈਨੂੰ ਕੱਲ੍ਹ ਦੱਸ ਰਹੇ ਸੀ ਅਤੇ ਮੈਨੂੰ ਧੀ ਵਾਲੇ ਪਾਸੇ ਠੰਡੀਆਂ ਹਵਾਵਾਂ ਬਣਾਉਣ ਡਈਆਂ ਨੇ ਆਖੋ ਵਾਹਿਗੁਰੂ ਜਿੱਥੇ ਸੰਗਤ ਦੀਆਂ ਅਰਦਾਸਾਂ ਨਾਲ ਮੈਨੂੰ ਪੋਤਰੇ ਦਾਤ ਮਿਲੀ ਉੱਥੇ ਅੱਜ ਦੋਹਤਰਾ ਵੀ ਮਿਲਿਆ ਆਖੋ ਵਾਹਿਗੁਰੂ ਵਾਹਿਗੁਰੂ ਤਾਂ ਇਹ ਕਹਿੰਦਾ ਪ੍ਰਭ ਦਾ ਸਿਮਰਨ ਪ੍ਰਭੂ ਦਾ ਸਿਮਰਨ ਕਰਨਾ ਤੁਸੀਂ ਜੋ ਮਰਜ਼ੀ ਮੰਗ ਲਓ ਪ੍ਰਭ ਕਹੇ ਸਿਮਰਨ ਰਿੱਧ ਸਿੱਧ ਨਾ ਇਹ ਸਭ ਕੁਝ ਵਿੱਚ ਆ ਜਾਂਦਾ ਗੁਰੂ ਸਾਹਿਬ ਨੂੰ ਕਹਿ ਰਹੇ ਨੇ ਸੱਚੇ ਪਾਤਸ਼ਾਹ ਮੈਂ ਬੇਨਤੀ ਕਰ ਰਿਹਾ ਸੀ ਕਿ ਉਹਦਾ ਸ਼ੁਕਰਾਨਾ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਅੱਜ ਅਸੀਂ ਕਰ ਰਹੇ ਹਾਂ ਅਰਦਾਸ ਵਿੱਚ ਭਾਟੀਆ ਸਾਹਿਬ ਨੇ ਕਹਿਣਾ ਕਿ ਤਾਤਾ ਜੀ ਆਪਦਾ ਲੱਖ ਲੱਖ ਸ਼ੁਕਰ ਅਤੇ ਜਿਨ੍ਹਾਂ ਨੇ ਭਰੋਸਾ ਰੱਖਿਆ ਸੀ ਤੇਰੇ ਭਰੋਸੇ ਪਿਆਰੇ ਅਤੇ ਮੈਂ ਹੋਰ ਹੋਰ ਕੋ ਕਹਿ ਚੱਲਿਆ ਜੀ ਮੈਂ ਕਹਿੰਦਾ ਸੱਚੇ ਪਾਤਸ਼ਾਹ ਜੋੜੀਆਂ ਜੀਣ ਆਖੋ ਵਾਹਿਗੁਰੂ ਵਾਹਿਗੁਰੂ ਆਹ ਸਾਡੀ ਕੌਮ 'ਚ ਜਿਹੜਾ ਰਿਵਾਜ਼ ਆ ਗਿਆ ਨਾ ਇਕੱਲਾ ਇਕੱਲਾ ਕਾਕਾ ਬੜਾ ਦੁੱਖ ਹੁੰਦਾ ਜੀ ਸੱਚੇ ਪਾਤਸ਼ਾਹ ਚਰਨਾਂ 'ਚ ਅਰਦਾਸ ਕਰਾਓ ਦਾਤਾ ਪੋਤਰਿਆਂ ਨੇ ਵੀ ਜੋੜੀਆਂ ਹੋਣ ਅਤੇ ਦੋਹਤਿਆਂ ਨੇ ਵੀ ਜੋੜੀਆਂ ਹੋਣ ਮੈਂ ਕਿਸੇ ਨੂੰ ਪੁੱਛਿਆ ਨਹੀਂ ਜੀ ਆਪਣੇ ਵੱਲੋਂ ਬੇਨਤੀ ਕਰ ਦਿੱਤੀ ਆ ਆਖੋ ਵਾਹਿਗੁਰੂ ਅਤੇ ਫਿਰ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰ ਰਹੇ ਨੇ ਅਤੇ ਮੈਂ ਇੱਕ ਸ਼ਬਦ ਦੀ ਹਾਜ਼ਰੀ ਭਰ ਕੇ ਖਿਮਾ ਦਾ ਜਾਚਕ ਹੋ ਜਾਣਾ ਹੈ ਉਸ ਰੱਬ ਦਾ ਧੰਨਵਾਦ ਕਰੀਏ ਦਾਤਾ ਮੈਂ ਤੇਥੋਂ ਬਲਹਾਰ ਜਾਂਦਾ ਹਾਂ ਨਿਮਖ ਨਿਮਖ ਬਲਹਾਰ ਜੀ ਨਿਮਖ ਨਿਮਖ ਬਲਹਾਰ ਜੀ ਨਿਮਖ ਨਿਮਖ
ਦਿਆਲੂ ਪਰਮਾਤਮਾ ਗੋਸਾਈ ਗੋ ਮਣੇ ਧਰਤੀ ਸਾਈ ਮਣੇ ਧਰਤੀ ਦਾ ਮਾਲਕ ਕੱਲ ਗੋਪਾਲ ਕਿਹਾ ਸੀ ਗੋ ਬਣੇ ਧਰਤੀ ਪਾਲ ਬਣੇ ਪਾਲਣ ਵਾਲਾ ਇੱਥੇ ਗੋਸਾਈ ਆ ਗਿਆ ਮੀਤਲਾ ਮੇਰਾ ਮਿੱਤਰ ਰੱਬ ਨੂੰ ਮਿੱਤਰ ਕਿਹਾ ਬੜੇ ਥਾਈ ਹੁਣ ਯਾਰ ਹਮਾਰੇ ਮਿੱਤਰ ਹੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੜੇ ਥਾਈ ਮੇਰੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਮਾਛੀ ਬੜੇ ਜੰਗਲਾਂ 'ਚ ਕੀ ਕਿਹਾ ਸੀ ਮਿੱਤਰ ਪਿਆਰੇ ਨੂੰ ਮਤਲਬ ਬੜੀ ਥਾਈ ਮਿੱਤਰ ਕਿਹਾ ਗੁਰੂ ਨੂੰ ਰੱਬ ਨੂੰ ਇੱਥੇ ਕਿਹਾ ਦਿਓ ਗੁਸਾਈ ਮੀਤਲਾ ਕਹਿੰਦੇ ਕੀ ਕਹਿੰਦਾ ਕਹਿੰਦੇ ਤੂੰ ਸੰਗ ਹਮਾਰੇ ਬਾਸ ਜੀਓ ਮਹਾਰਾਜ ਮੇਰੇ ਅੰਗ ਸੰਗ ਕਹਿੰਦੇ ਕਿਉਂ ਕਹਿੰਦੇ ਤੁਝ ਬਿਨ ਘੜੀ ਨਾ ਜੀਵਣਾ ਤੁਝ ਬਿਨ ਘੜੀ ਨਾ ਧ੍ਰਿਗ ਰਹਿਣਾ ਕਿਹਨੂੰ ਕਹਿੰਦੇ ਆ ਭਲਾ ਕਿੰਨੀਆਂ ਫਿਟਕਾਂ ਪੈਣ ਕਿੰਨੀਆਂ ਲਾਹਣਤਾਂ ਪੈਣ ਹਜ਼ਾਰ ਲਾਹਣ ਧੋ ਜੇ ਫੇਰਾਂ ਦੇ ਇੱਕ ਧ੍ਰਿਗ ਬਣਦੀ ਆਖ ਵਾਹਿਗੁਰੂ ਇਹ ਸੱਚੇ ਪਾਤਸ਼ਾਹ ਤੇਰ ਤੋਂ ਬਿਨਾਂ ਮੇਰੇ ਵਾਸਤੇ ਜੀਵਣਾ ਧ੍ਰਿਗ ਹੈ ਕੁਝ ਬਿਨ ਕਰੀ ਨਾ ਜੀਵਣਾ ਧ੍ਰਿਗ ਰਹਿਣਾ ਤੁਝ
ਮੱਖਣ ਨਿਮਖ ਬਲਿਹਾਰ ਜੀ ਨਿਮਖ ਨਿਮਖ ਬਲਿਹਾਰ ਜੀ ਅਲੰਬਨ ਦੇਹੋ ਪ੍ਰਭ ਕਰ ਤਹੁ ਉਦਰ ਗੋਪਾਲ ਹਸਤ ਮਣੇ ਹੱਥ ਵਾਹਿਗੁਰੂ ਜੀ ਮੈਨੂੰ ਆਪਣਾ ਹੱਥ ਫੜਾਓ ਅਲੰਬਨ ਬਣੇ ਆਸਰਾ ਮੈਨੂੰ ਆਪਣੇ ਹੱਥ ਦਾ ਆਸਰਾ ਦਿਓ ਜੀ ਗਰਤ ਹੋ ਗਰਤੋ ਮਣੇ ਟੋਆ ਚਿੱਕੜ ਦਾ ਭਰਿਆ ਗੰਦ ਦਾ ਭਰਿਆ ਤੇ ਮੈਂ ਕਿਹੜੇ ਕਟੋਏ 'ਚ ਡਿੱਗਾਂ ਮੇਰੀਆਂ ਪੰਜ ਗਿਆਨ ਇੰਦਰੀਆਂ ਦੇ ਪੰਜ ਆੜੇ ਕਾਮ ਕਰੋ ਲੋਭ ਹੰਕਾਰ ਨੇ ਦਾਤਾ ਮੈਨੂੰ ਅਵਰ ਪੰਜ ਹਮ ਉਹ ਪੰਜ ਨੇ ਮੈਂ ਕੱਲੀ ਹਾਂ ਹਸਤ ਅਲੰਬਨ ਦੇਹੋ ਪ੍ਰਭ ਗਰਤ ਹੋ ਉਧਰ ਗੋਪਾਲ ਹੇ ਵਾਹਿਗੁਰੂ ਜੀ ਮੈਨੂੰ ਆਪਣੀ ਬਾਂਹ ਫੜਾ ਕੇ ਆਪਣਾ ਹੱਥ ਫੜਾ ਕੇ ਚਟੋਏ ਚੋਂ ਬਾਹਰ ਕੱਢ ਲਓ ਜੀ ਹਸਤ ਅਲੰਬਨ ਦੇਹੋ ਪ੍ਰਭ ਗਰਤ ਹੋ ਉਧਰ ਗੋਪਾਲ ਮੋਹਿ ਨਿਰਗੁਣ ਮਤ ਥੋਰੀਆ ਸਦਹੀ ਦੀਨ ਦਿਆਲ ਹੇ ਵਾਹਿਗੁਰੂ ਜੀ ਮੇਰੀ ਮੱਤ ਬਹੁਤ ਥੋੜ੍ਹੀ ਆ ਜਿਹੜੇ ਹੀ ਅਰਦਾਸ ਬਾਬਾ ਜੀ ਕਹਿੰਦੇ ਆ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਸਿਰਕ ਗਿਆ ਵਿਵੇਕ ਦਾਨ ਦਾਤਾ ਜੀ ਮੈਨੂੰ ਵਿਵੇਕ ਬੁੱਧ ਬਖਸ਼ੋ ਸੱਚੇ ਪਾਤਸ਼ਾਹ ਮੈਨੂੰ ਵਿਵੇਕ ਬੁੱਧ ਬਖਸ਼ੋ ਜੀ ਸਾਰੇ ਆਖਿਆ ਕਰੀਏ ਮੋਹਿ ਨਿਰਗੁਣ ਮਤ ਥੋਰੀਆ ਤੂੰ ਸਦ ਹੀ ਦੀਨ ਦਿਆਲ ਤੇਰੇ ਘਰ 'ਚ ਕਿਹੜਾ ਘਾਟਾ ਕੋਈ ਤੂੰ ਤੇ ਸਦਾ ਹੀ ਦਾਤਾ ਵੰਡਣ ਵਾਲਾ ਤੇ ਮੈਨੂੰ ਮੇਰੀ ਝੋਲੀ ਭਰ ਦਿਓ ਜੀ ਨਿਮਖ ਨਿਮਖ ਬਲਿਹਾਰ ਜੀ ਨਿਮਖ ਨਿਮਖ ਬਲਿਹਾਰ ਜੀ ਜੀ ਪ੍ਰਾਣ ਸੁਖ ਦਾਤਿਆ ਨਿਮਖ ਬਲਿਹਾਰ ਜੀ ਜੀ
क्या सुख तेरे संभला कमन विधि विचार क्या सुख तेरे दास हित पूजे अगम अपार धर्म समाई दास हित पूजे अगम अपार हे महान ऊंचे हे अगम वाहेगुरु जिदा पार कोई ना होए हे अपार वाहेगुरु हे सरन आए नू अपने चरणा च समा लैण वाले दासां दे हितू वाहेगुरु जी कल्ला कल्ला अखर तुहां सुनिया पढ़िया मैं तेरे केड़े केड़े गुणा नू संभलां लले नू लले नू कन्ने दे बिंदी दी आवाज आउणी आ संभलां मैंने संभाल करां विचार करां हे वाहेगुरु इन्ने ना लैके गुरु अर्जन देव पातशाह रब नू कह रहे ने हे ऊंचे हे अगाम ए अपार हे शरण आए नू समा लैण वाले शरण समाई दास हित हे दासां दे हितू वाहेगुरु जी मैं तेरे केड़े केड़े गुणा दी विचार करां सतगुरु जी तेरा शुक्र आ तू अपने बच्चिआं नू अपने चरणां च बिठाया है वाले कलयुग दी नेहरी चों कढ के सच्चे पातशाह तुसी अपनी ठंड दे रहे अपने धीआं पुत्तां नू तेरे मैं केड़े केड़े गुणा दी विचार करां शरण समाई दास हित पूजे अगम अपार निमख बलहार जी निमख निमख बलहार जी निमख निमख बलहार जी निमख निमख बलहार जी जी प्राण सुख दातिया सगुण पदार्थ अष्ट सिद्ध नाम महारस माहे सगुण पदार्थ ਆਖੋ ਵਾਹਿਗੁਰੂ ਆਂਦੇ ਸਾਰੇ ਪਦਾਰਥ ਨੌ ਨਦੀਆਂ 18 ਸਦੀਆਂ ਕਾਹਦੇ ਵਿੱਚ ਨੇ ਆਖੋ ਵਾਹਿਗੁਰੂ ਪ੍ਰਭ ਕੈ ਸਿਮਰਨ ਰਿੱਧ ਸਿੱਧ ਪਾਟਿਆ ਸਾਹਿਬ 10 ਮਿੰਟ ਤੇ ਮੈਂ ਫਤਿਹ ਬੁਲਾਉਣਾ ਹੁੰਦਾ
आखो वाहे गुरु वाहे गुरु वाहे गुरु काली कर दिया गड्डी चलाउण वाले दी सुर तो फट जांदी सी आखो वाहे गुरु सतगुरु जी सगल पदार्थ अष्ट सिद्ध नाम महारस आखो वाहे गुरु एक वाहे गुरु कहण विच इन्नियां वडियाईयां ने सब वडियाईयां हर नाम विच मैं तां बार बार रिपीट करना तुसीं मेरे ते कृपा कर दिओ कि मैनूं वाहे गुरु कहना आ जाए मेरी जिंदगी सफल हो जूगी आखो वाहे गुरु अगली पंक्ति सो परसन पए केसवा से जन हर गुण गाए केसवा भाव सोने केसां वाला तेरे बंके लोयन सोना नक जिस आंदे रब दे लम्मे लम्मे वाल मैं धियां भैणां नूं बेनती करा अपने बच्चियां नूं नाई कोल ना लैके जा आखो वाहेगुरू क्योंकि रब दे केस ने किसे भगत नूं वेख लो उहदे केस ने ते साडी कौम नूं की हो गया नाले 100 रुपया दिंदे नाले इज्जत गवा के आउंदे आपां आखो वाहेगुरू क्योंकि गुरु की बाणी च लिखिया से दाड़ियां सचियां इहदा मतलब मनुख का नाम दाड़ी आ जो गुरचरनी ਤੇ ਜਿਹਦੇ ਮੂਹਰੇ ਦਾੜੀ ਨਾ ਹੋਈ ਮੈਂ ਮਾਫ਼ ਕਰ ਦਿਓ ਕਿ ਮੈਂ ਲਾ ਕੇ ਗੱਲ ਨਹੀਂ ਕਰ ਰਿਹਾ ਉਹ ਬੰਦਾ ਤਾਂ ਨਾ ਹੋਇਆ ਮਾਫ਼ ਕਰਿਓ ਤੋ ਗੁਰੂ ਨੇ ਕਿਹਾ ਨਾ 6 ਦਾੜੀਆਂ ਸੱਚੀਆਂ ਜੋ ਗੁਰ ਚਰਨੀ ਤੇ ਇੱਥੇ ਕਿਹਾ ਵੀ 100 ਪ੍ਰਸੰਨ ਭਏ ਕੇਸਵਾ 6 ਜਨ ਹਰ ਗੁਣ ਗਾਏ ਉਹ ਸੋਹਣੇ ਕੇਸਾਂ ਵਾਲਾ ਲੰਮੇ ਕੇਸਾਂ ਵਾਲਾ ਰੱਬ ਜਿਹਦੇ ਤੇ ਦਿਆਲੂ ਹੋ ਜਾਵੇ ਉਹ ਕਹਿਣ ਡੈ ਪੈਂਦਾ ਵਾਹਿਗੁਰੂ 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 ਸਤ ਪਿਤਾ ਸੁਤ ਬੰਦ ਪੋ ਤੂੰ ਮੇਰੇ ਪ੍ਰਾਣ ਆਧਾਰ ਮਾਤ ਪਿਤਾ ਸੁਤ ਬੰਦ ਪੋ ਤੂੰ ਮੇਰੇ ਪ੍ਰਾਣ ਆਧਾਰ ਸਾਧ ਸੰਗ ਨਾਨਕ ਭਜੈ ਦੇਖ ਤਰਿਆ ਸੰਸਾਰ ਸਾਧ ਸੰਗ ਨਾਨਕ ਭਜੈ ਦੇਖ ਤਰਿਆ ਸੰਸਾਰ ਹੇ ਵਾਹਿਗੁਰੂ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਹੀ ਮੇਰਾ ਸੰਗੀ ਸਾਥੀ ਤੂੰ ਹੀ ਮੇਰੇ ਪਰਿਵਾਰ ਦੇ ਰਿਸ਼ਤੇ ਸਾਰੇ ਮੈਨੂੰ ਸਾਰਿਆਂ 'ਚ ਤੂੰ ਦਿਸਦਾ ਤੂੰ ਮੇਰੇ ਪ੍ਰਾਣ ਆਧਾਰ ਸਾਧ ਸੰਗ ਆਖ ਵਾਹਿਗੁਰੂ ਵਾਹਿਗੁਰੂ ਅਸੀਂ ਇੱਥੇ ਉਹਨਾਂ ਕਿਹਾ ਨਾਨਕ ਉਹਨਾਂ ਕਿਹਾ ਗੁਰੂ ਰਾਮਦਾਸ ਜੀ ਸੰਗਤ ਵਿੱਚ ਬਹਿ ਕੇ ਦਾਸ ਕਹਿੰਦਾ ਹੈ ਵਾਹਿਗੁਰੂ ਸਾਡੀ ਕੰਸਨਟ੍ਰੇਸ਼ਨ ਕਿੱਥੇ ਹੋਵੇ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ ਸਾਧ ਸੰਗ ਨਾਨਕ ਭਜੇ ਵਿਖ ਤਰਿਆ ਸੰਸਾਰ ਇਹ ਘੋਰ ਕਲਯੁਗ ਵਿੱਚੋਂ ਮੈਂ ਤਰਨ ਦਾ ਉਪਰਾਲਾ ਕਰਾਂ ਸਾਧ ਸੰਗ ਨਾਨਕ ਭਜੇ ਵਿਖ ਤਰਿਆ ਸੰਸਾਰ ਨਿਮਖ ਬਲਿਹਾਰ ਜੀ ਨਿਮਖ ਨਿਮਖ ਬਲਿਹਾਰ ਨਿਮਖ ਬਲਿਹਾਰ ਜੀ ਜੀ ਪ੍ਰਾਣ
ਕਾਲੀ ਕਰਕੇ ਨਾ ਸੁਰਤ ਵਿੱਚ ਮੇਰੇ ਕਾਲੀ ਚੱਲ ਗਈ ਨਾ ਵਾਹਿਗੁਰੂ 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 ਕੋਈ ਸ਼ੁਰੂਆਤ ਵਿੱਚ ਤੇ ਅੰਤ ਵਿੱਚ ਇਹੋ ਪੰਕਤੀ ਹਾਂ ਘਰ ਨੂੰ ਨਾਲ ਲੈ ਕੇ ਗੁਣਗਣਾਉਂਦੇ ਜਾਣਾ ਜਪਿਓ ਜਿਨ संकट जो नजर बना आयो फिर संकट जो नजर बना आयो फिर संकट जो नजर बना आयो फिर संकट जो नजर ਗੁਰਬਾਣੀ ਦੇ ਅੱਖਰੀ ਖਿਆਲ ਕਰਦਿਆਂ ਦਾਸ ਕੋਲੋਂ ਇੱਕ ਨਹੀਂ ਮੇਰੀ ਫੋਟੋ ਵੇਖੋ ਸਾਰੇ ਬੇਅੰਤ ਭੁੱਲਾਂ ਹੋਈਆਂ ਮੈਨੂੰ ਮਾਫ਼ ਕਰ ਦਿਓ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਜਾਇਓ ਮੇਰੇ ਸਿਰ 'ਤੇ ਆਪਣਾ ਮਿਹਰ ਭਰੇ ਹੱਥ ਰੱਖ ਕੇ ਜਾਇਓ ਕਿ ਸੱਚੇ ਪਾਤਸ਼ਾਹ ਇਸ ਜੀਵ ਨੂੰ ਸਮਤ ਬਖਸ਼ੋ ਇਸ ਜੀਵ ਨੂੰ ਹੋਰ ਆਪਣੀ ਬਾਣੀ ਦੇ ਚਰਨਾਂ ਦਾ ਪਿਆਰ ਬਖਸ਼ੋ ਸੱਚਿਆ ਪਾਤਸ਼ਾਹ ਜੀ ਭੁੱਲਾਂ ਚੁੱਕਾਂ ਨਹੀਂ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜਨ ਬਿਟੋ ਕੁਰਬਾਣੀ ਗੋਰੇ ਅਰਜਨ ਬਿਟੋ ਕੁਰਬਾਣੀ ਗੋਰੇ ਅਰਜਨ ਬਿਟੋ ਕੁਰਬਾਣੀ ਗੋਰੇ ਅਰਜਨ ਬਿਟੋ ਕੁਰਬਾਣੀ ਜੋਤੀ ਅੰਦਰ ਜੋਤ ਸਾ
ਸਮਾਣੀ ਜੋਤੀ ਅੰਦਰ ਜੋਤ ਸਮਾਣੀ ਸ਼ਬਦ ਸੁਰਤ ਲੈਵ ਮੇਰ ਗਜਿਓ 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 चरण कवल मेल पवर ज्यों 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 सुख संपट विच रहण विहाणी सुख संपट विच रहण विहाणी सुख संपट विच रहण ਸੰਪਟ ਵਿੱਚ ਰਹਿਣ ਵਿਹਾਣੀ ਗੁਰੇ ਉਪਦੇਸ ਨ ਵਿਸਰੈ ਗੁਰੇ ਉਪਦੇਸ ਨ ਵਿਸਰੈ ਗੁਰੇ ਉਪਦੇਸ ਨ ਵਿਸਰੈ ਧੰਨ ਗੁਰ ਅਰਜਨ ਦੇਵ ਸਾਹਿਬ ਜੀ ਗੁਰੇ ਉਪਦੇਸ ਨ ਵਿਸਰੈ ਗੁਰੇ ਉਪਦੇਸ ਨ ਵਿਸਰੈ ਸੁਖ ਫਲ ਪੀਰਮ ਰਸ ਗੁਰਮੁਖ ਸੁਖ ਫਲ ਪੀਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ 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 ਅਰਜਨ ਵਿਟਾਂ ਕੁਰਬਾਣੀ ਗੋਰੇ ਅਰਜਨ ਵਿਟਾਂ ਕੁਰਬਾਨ ਗੋਰੇ ਅਰਜਨ ਵਿਟੋ ਕੁਰਬਾਣੀ 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 ਗੋਰੇ ਅਰਜਨ ਵਿਟੋ ਕੁਰਬਾਨੀ